اللهم كن وليك وحجة الإحسان صلواتك عليه وعلى آبائه في هذه الساعة وفي كل ساعة من ساعة الليل وليا وحافظا وقائدا وناصرا ودليلا وعينا حتى تسكنه ارضك طوعا وتمتعه فيها طويلا اللهم يا مدبر الامور يا باعث من في القبور يا مجري الغفور يا ملجن الحديد لداود عليه السلام رب صل على محمد وآل محمد رفع البناء أنت أهله ولا تفعل بنا ما نحن أهله بجاه محمد ماله المعصومين هر مذهب دا قانون إيشوه بس جلو شهداد علی اصغر دیرا برامت کرام رہا جنہاں دیا چھوٹیاں اولاد آئین ہے ضرور کرائے سبب ترجو لبنا دیتا ترجو ہوئے بابا آدھا پیاں ہر مذہب دا قانون ای ہوئے دے دے جرم کو دیکھ سزا ਕਿਹੜਾ ਬੰਦਾ ਜਿਹੜਾ ਹੈ ਨਕਰ ਸਿੱਖ ਪਰ ਮੁਸਲਮਾਨਾ ਵਿੱਚ ਕਰ ਬਲ ਦੇ ਕਾਨੂੰਨ ਦਿੱਤੇ ਬਦਲਾ ਦੌਰੇ ਹਾਲਤ ਦੇ ਵਿੱਚ ਹਰ ਬੰਦੇ ਕੋਲ ਮੋਬਾਈਲ ਹੈ ਮੀਡੀਆ ਇੱਥੇ ਕੋਈ ਪੁਲਿਸ ਦਾ ਅਹਿਲਕਾਰ ਕਿਸੇ ਮੁਜਰਮ ਨੂੰ ਚਾਕ ਮਾਰੇ ਤੋਂ ਆਖੇ ਜ਼ੁਲਮ ਹੋ ਗਈ ਹੈ ਇਨਸਾਫ ਨਾਲ ਦੱਸਾਂ 6 ਮਹੀਨਿਆਂ ਦੇ ਪੁੱਤਰ ਨੂੰ ਜਾ ਕੇ ਖੜਾ ਦਾ ਘੁੱਟ ਪਾਣੀ ਦੇ ਆਦਾ ਖੜਾ ਤਰੇ ਦੀਆਂ ਦਾ ਪਸਾਏ ਹਲਾ ਬਸ ਕਰੋ ਭਾਈ ਮੈਂ ਆਖੇ ਹਰ ਮਜ਼ਹਬ ਦਾ ਕਾਨੂੰਨ ਇਹੋ ਹੈ ਬਾਤ ਮਿੰਬਰ ਗਵਾਹ ਹੈ ਜਨਾਬੇ ਮਾਸੂਮਾ ਤੇ ਜਨਾਬੇ ਅਲੀ ਅਸਗਰ ਤਾਰੀਖੇ ਕਰਬਲਾ ਦੇ ਉਰਦੂ ਮੁਨਫਰਦ ਕਿਰਦਾਰ ਇਹ ਲਫ਼ਜ਼ ਜ਼ਹਿਨ ਮਸ਼ੀਨ ਕਰ ਗਿਨਾਏ ਜੇ 6 ਮਹੀਨਿਆਂ ਦੇ ਅਸਗਰ ਨੂੰ ਹੱਥਾਂ ਤੇ ਚਾ ਕੇ ਨਾ ਗਿਨਾ ਵਿਆ ਲੋਕ ਆਖੇ ਨਾ ਖੈਮਿਆਂ 'ਚ ਪਾਣੀ ਹਾਈ ਲੋਕ ਆਖੇ ਨਾ ਕੋਈ ਨਹੀਂ ਤਸਾ ਹੁਸੈਨ ਦਾ ਕੁੰਭਾ ਅਯੋ ਦਰਦ ਰਵੈਂਦਾ 6 ਮਹੀਨਿਆਂ ਦਾ ਸਰੀਰ ਚਾਈ ਖੜਾ ਆਦਾ ਖੜੇ ਲੋਗੋ ਮੇਰੇ ਖੈਮੇ ਦੇ ਵਿੱਚ ਸਾਰੇ ਤਸ਼ੇ ਸਾਰਿਆਂ ਵਾਸਤੇ ਪਾਣੀ ਨਹੀਂ ਇੱਕ ਘੁੱਟ ਪਾਣੀ ਦਾ ਦਿਓ ਇਹ ਇੱਕ ਕਿਰਦਾਰ ਕਰਬਲਾ ਦਾ ਅੱਲਾ ਜਾਣਦਾ ਅਲੀ ਅਸਗਰ ਤੋਂ ਪਾਣੀ ਮੰਗਾਏ ਹੈਵਾਨਾਂ ਦੀਆਂ ਗੋਡੀਆਂ ਜ਼ਮੀਨ ਤੇ ਆ ਲੱਗੀਆਂ ਤੂੰ ਤਾਂ ਮਾਤਮੀਆਂ ਦਾ ਦਾਰ ਹੈ ਤੂੰ ਕਿਵੇਂ ਨਹਾਏ ਕਰੇ ਸੇ ਸ਼ਾਮੀ ਵੀ ਕੰਠ ਕਰਕੇ ਰੋ ਪਏ ਇੱਕ ਬਾਏ ਕੁਆ ਬਿਆਨ ਯਾਰ ਚੋਖਾ ਪਾਣੀ ਲੱਗਦਾ ਏ ਦਰਿਆ ਵਹਦਾ ਪਿਆ ਇੱਕ ਬਾਏ ਕੁਆ ਬਿਆਨ ਜੋ ਚਾ ਪਾਣੀ ਚੋਖਾ ਪਾਣੀ ਲੱਗਦਾ ਏ ਸੈਣ ਪਰੀ ਮੁਕਾਨ ਕਬੂਲ ਕਰੇ ਹਰਾਮ ਦਾ ਅਮਰ ਗ੍ਰਸਤਾ ਦਾ ਲੇਖ ਕਲਾਮ ਅਲ ਹੁਸੈਨ ਕਤਾ ਦਰ ਹੁਸੈਨ ਦੇ ਕਲਾਮ ਆਹਦੀਆਂ ਤਾਰੀਖਾਂ ਅਰਬ ਦੇ ਕਬੀਲੇ ਜਿਹੜਾ ਜੰਗ ਲੜੇ ਨਾ
ਇੱਕ ਇਹੋ ਜਿਹਾ ਤੀਰ ਇਹਨਾਂ ਬਣਾਇਆ ਹੋਇਆ ਜਿਹੜਾ ਹੈਵਾਨਾਂ ਤੇ ਚਲੇ ਰਿਹਾ ਹੈ। ਅੱਲਾ ਜਾਣਦਾ ਹੈ ਪੂਰੀ ਤਾਰੀਖ ਦੀ ਜ਼ਿੰਮੇਦਾਰੀ ਨਾਲ ਸ਼ੀਆ ਸੁਨੀਆ ਦਾ ਆਧਾਰ ਖੜਿਓ ਪੂਰੀ ਤਾਰੀਖ ਦੀ ਜ਼ਿੰਮੇਦਾਰੀ ਨਾਲ ਪਿਆਰ ਦਾ ਜਿਹੜਾ ਤੀਰ ਅਲੀ ਅਸਗਰ ਤੋਂ ਹੋਰ ਬਲਾ ਮਾਰੇ ਇਹ ਤੀਰ ਮਨਾ ਕੋਈ ਨਾ ਚਲੇ ਦੇ। ਅਰਬ ਦੇ ਕਬੀਲਿਆਂ ਨੇ ਬੈਨ ਕੀਤਾ ਹੋਇਆ ਬਈ ਜਿਤਨਾ ਕੋਈ ਜ਼ੁਲਮ ਪਿਆ ਵਸਾਵੇ ਤੀਰ ਨਹੀਂ ਚਲਾਵਣਾ। ਪਹਿਲੇ ਤੇ ਸਵਾਲ ਪਿਆ ਕਰੇ ਨਾ ਕਿਹੜਾ ਜੁਰਮਾ ਹੁਸੈਨ ਦੇ 6 ਮਹੀਨਿਆਂ ਦੇ ਅਸਗਰ ਦਾ। ਅੱਲਾ ਜਾਣਦਾ ਮਾਂ ਦੇਹਦੀ ਰਹੀਏ ਇਹੋ ਵੈਣ ਰੋਵੈਂਦਾ ਕੀਤਾ ਕਤਲ ਸਗੀਰ ਪੁੱਤਰਾਏ ਵਾਰੀ ਉਹਦੀ ਮਾਂ ਤੇ ਭੈਣ ਗਵਾਹੇ ਪਹਿਲੇ ਤੀਰ ਮਾਰਿਆ ਵੱਲ ਕਬਾਰ ਪੱਟੀ ਕੀਤਾ ਖੰਜਾਰ ਦੇ ਨਾਲ ਵਿਭਾਏ ਤੁਸੀਂ ਕਦੀ ਵੀ ਰਦਾਰ ਖੜਿਓ ਕਿਹੜਾ ਰਦਾਰ ਏ ਜਿਹੜਾ ਹੈ ਨਾ ਕਰੇ ਸਿਵੈਣ ਪਿਆ ਸੁਵੈ ਨਾ ਕਰ ਬਲ ਦੀ ਤਾਰੀਖ ਦੇ ਵਿੱਚ ਨਹੀਂ ਇਹੋ ਜਿਹਾ ਕਾਤਲ ਆਇਆ ਜੈ ਤੀਰ ਚਲਾ ਕੇ ਹਰ ਮਾਦੇ ਜਗਾਰ ਤੇ ਹੱਥ ਰਖਵਾਇਆ। ਕਿਹੜਾ ਗਦਾਰ ਏ ਤੁਸੀਂ ਜਿੱਥ ਵਿੱਚ ਖੜੇ ਹੋ ਤੁਹਾਡੀ ਇਬਾਦਤ ਜਿਲਾਫੇ ਵਾਸਤੇ ਤੁਹਾਡੀ ਗਰਮੀ ਏ ਲੇਕਿਨ ਇਬਾਦਤ ਜਿਲਾਫੇ ਵਾਸਤੇ ਇੱਕ ਦੋ ਨਾ ਸੁਣਾਇਆ ਕਹਿੰਦੇ ਸੀ ਇੱਕ ਲਹਦੇ ਵਾਸਤੇ ਜਿਹਦੇ ਪਾਕ ਬਦਨ ਤੇ ਮਾਂ ਧੁੱਪ ਨਹੀਂ ਸਾਨੀ ਉਹ ਮਾਂ ਦੇਖਦੀ ਰਹੀਏ ਅਲੀ ਅਸਗਰ ਮੇਲੇ ਤੇ ਸਫ਼ਰ ਵਧਾ ਕਰੇ। ਅੱਲਾ ਜਾਣਦਾ ਸੋਹਣਾ ਕਿਹੜਾ ਮਸਾਏ ਤੜਾ ਸ਼ਾਮ ਜੈ ਸ਼ਾਮ ਦੇ ਮੁਲਕ ਦੇ ਵਿੱਚ ਇੱਕ ਮਲਾਉਣ ਇਸ ਨੇ ਸਵਾਲ ਇਸ ਨੇਜ਼ੇ ਵਾਲੇ ਕੋ ਜਿਸ ਦੇ ਹੱਥ ਜਨਾਬ ਅਲੀ ਅਸਗਰ ਦੇ ਸਰ ਵਾਲਾ ਨੇਜ਼ਾ ਮੌਜੂਦ ਹੈ ਇਸ ਮਲਾਉਣ ਤੋਂ ਰੋਕ ਕੇ ਉਸ ਆਖੇ ਇਹ ਦੱਸਾ ਇਹ ਕਹਿੰਦਾ ਸਰੇ ਉਹ ਆਖੇ ਬਾਗੀ ਦੱਸਾ ਰਿਹਾ ਦੇ ਹਰਿਆ ਨੇ ਵੀ ਆਂਦਾ ਈ 6 ਮਹੀਨਿਆਂ ਦੇ ਵੀ ਬਈਅਤ ਨਹੀਂ ਕੀਤੀ ਇਹੋ ਕੋ ਜ਼ਿਆਦਾ ਕਰਬਲਾ ਵਿੱਚ ਜ਼ੁਲਮ ਹੋਏ ਤੁਸਾਂ ਜੰਗ ਨਹੀਂ ਕੀਤੀ ਕਹੇ ਗਰੀਬ ਦਾ ਘਰ ਲੁੱਟ ਕੇ ਆਂਦ ਪਾਇਓ ਅਲਦਾਰ ਖੜਿਓ ਇੰਤਜ਼ਾਰ ਨਾ ਕਰਾਵਾਂ ਮੈਨੂੰ ਇਹ ਦੋ ਹੁਕਮਾਂ ਪੜਨ ਦੇ ਅਲਦਾਰ ਖੜਨ ਦੇ ਹੁਕਮ ਹੈ ਅੱਲਾ ਜਾਣਦੇ ਮਾਂ ਦੇਖਦੀ ਰਹੀਏ ਜ਼ਾਲਮ ਤੀਰ ਨੂੰ ਛੁੱਟ ਦਿੱਤੀਏ ਜਿੱਦਾਂ ਹੋਰ ਮਿਲਦੇ ਹੱਥੋਂ ਤੀਰ ਫਟਾਏ ਉਮਰ ਬਿਨ ਸਾਦਾ ਦੇ ਕਿਹਦਾ ਵਜਾ ਨਿਸ਼ਾਨੇਬਾਜ਼ ਤੀਰ ਅੰਦਾਜ਼ ਏ ਜ਼ਾਲਿਮਾ ਹੱਥ ਕਿਉਂ ਕੰਬਦਈ ਇਹ ਮਲਾਉਣਾ ਦੇ ਮੈਂ ਤੇ ਕੋਈ ਉਹ ਜ਼ਿਆਦਾ ਜਿੱਥਾ ਮੈਂ ਖਣਾ ਕੇ ਦੇਖ ਜ਼ਾਲਿਮ ਕਰੀਬ ਆਏ ਮੈਂ ਠੇਕੇ ਆਖਣਾ ਚਾਹਿਆ ਤੇ ਦੇਖ ਤਾਂ ਸਹੀ ਜਿਹੜੇ ਦੇ ਮੈਂ ਤੀਰ ਪੁੱਛੇ ਤੇ ਦੇਣਾ ਉਹ ਸਾਹਮਣੇ ਵਾਲੀ ਕਾਲੀ ਕਨਾ ਤੇ ਚੂਹੇੜਾ ਲੈ ਝਲ ਝਲ ਮਾਰ ਉਹ ਮੈਂ ਤਾਈ ਦੀਆਂ ਮਲਤਾਂ ਵੀ ਨਹੀਂ ਲਹਾਇਆ ਸੈਣ ਪੁਰਸਾ ਕਬੂਲ ਕਰਾਏ ਬਸ ਇੱਕ ਲੰਬ ਤੂੰ ਸਾਰਾ ਜੀ ਕੇ ਜ਼ਿਆਰਤ ਕਰਾਏ ਤੂੰ ਸਮਾਤਮਿਆਂ ਦਾ ਦਾਰਾ ਦਾ ਨੌਕਰਾਂ ਗੱਲ ਚ ਕੱਪੜਾ ਪਾ ਕੇ ਹੱਥ ਜੋੜ ਕੇ ਪਿਆ ਦਾ ਕੁਝ ਨਾ ਫਰੇ ਕੁਝ ਨਾ ਫਰੇ ਤਾਂ ਸ਼ਹਿਜ਼ਾਦੇ ਦੀ ਸਬੀਲ ਤੇ ਕੋਈ ਖਰਚਾ ਨਹੀਂ ਆਉਂਦਾ ਤੇ ਕੋਈ ਨਹੀਂ ਆਦਾ ਤੂੰ ਲੱਖਾਂ ਦੇ ਖਰਚ ਕਰ ਕੁਝ ਨਾ ਫਰੇ ਆਪਣੇ ਘਰ ਦੇ ਬਾਹਰੋਂ ਇੱਕ ਜਗ ਪਾਣੀ ਦਾ ਭਰ ਕੇ ਰੱਖ ਜਾ ਕੋਈ ਹੈ ਜਿਹੜਾ ਤਸੀਆਂ ਦੇ ਨਾਂ ਤੇ ਪਾਣੀ ਪੀਵੇ ਅੱਲਾ ਜਾਣਦਾ ਜਿੱਦਾਂ ਮਾਂ ਸੁਰ ਦੀ ਵਤਨ ਤੇ ਵੱਲ ਲਈਏ ਤੂੰ ਨਿੱਕੀਆਂ ਨਿੱਕੀਆਂ ਕਬਰਾਂ ਚ ਬਣਾਇਆ ਇੱਕ ਕਬਰ ਦੇ ਪੁੱਤਰ ਦਾ ਖੂਨ ਨੂੰ ਦਾ ਚੋਲਾ ਚ ਰੱਖਿਆ ਦੂਜੀ ਕਬਰ ਤੇ ਧੀ ਦੇ ਦੁਰ ਲੱਗ ਕੇ ਆਦੀ ਮਾਂ ਉਜੜ ਗਈ ਵੇ ਸ਼ਾਲਾ ਬਸਦੇ ਰਹੋ ਅੱਲਾ ਜਾਣਦਾ ਕਰਬਲਾ ਦਾ ਵਾਹਿਦ ਸ਼ਹੀਦ ਹੈ ਅਲੀ ਅਸਗਰ ਸਾਰੇ ਅਦਾਦਾਰ ਜਾਣਦੇ ਹੋ ਅਲੀ ਅਕਬਰ ਕੋ ਬਹੁ ਔਖਾ ਚਾਇਸ ਲੇਕਿਨ ਪਾਕ ਮਿੰਬਰ ਤੇ ਖੜ ਕੇ ਪਿਆ ਤਾਂ ਕੋਈ ਅਲੀ ਅਸਗਰ ਨੂੰ ਕੋਈ ਵਧੋ ਖਤਾ ਹੈ ਆਪ ਅੰਦਾਜ਼ਾ ਲਾ ਸਤ ਵਾਰੀ ਖਿਆਮ ਲੋਗੀ ਆਈ ਹੈ ਬੁਲ ਆਈ ਹੈ ਲੈ ਜਾਣਦੇ ਰੋ ਰੋ ਕੇ ਵਜਾ ਦੇ ਕੀ ਵੇ ਲਖਮ ਦੇ ਸੇ ਤੈ
ਤਾਲਾ ਜੀ ਕੇ ਲੋਰੀਆਂ ਹੀ ਨਹੀਂ ਸੁਣਾਈਆਂ। ਹਾਲਾ ਵਸਦੇ ਰਹੋ ਬਸ ਕਰੀਬ ਆ ਗਈਆਂ ਜਿੱਥੋਂ ਆਦਮੀ ਲਗਾਰ ਖੜੇ ਹੋ ਬੇ ਔਲਾਦ ਖੜੇ ਹੋ ਮਿਹਨਤ ਪਿਆ ਕਰੇ ਜਿਹੜਾ ਸ਼ਾਹਜ਼ਾਦੇ ਦਾ ਝੂਲਾ ਹੋਵੇ ਅੱਖਾਂ ਬੰਦ ਕਰਕੇ ਸਲਵਾਰ ਦੀ ਪੜਾਏ ਝੂਲੇ ਦੀ ਜ਼ਿਆਰਤ ਹੀ ਕਰਾਏ ਮੇਰਾ ਤਾਂ ਯਕੀਨ ਹੈ ਜਿਹੜਾ ਝੂਲਾ ਮੈਂ ਚਾਰ ਸਾਲਾਂ ਦੀ ਭੇਡ ਨਾਲ ਫਰਦਦਾ ਵੇ ਜਿਹੜੀ ਰੋ ਰੋ ਕੇ ਆਦੀ ਆਈ ਲੋਰੀਆਂ ਵਾਲਾ ਫਿਰਾ ਫਜਰ ਦਾ ਤਾਰਾ ਚੜ੍ਹਦੀ ਅਸਗਰ ਪਾਏ ਮੋਰਗ ਬੁਲੇ ਸਿਰ ਬੋਲੀ ਮਾਮੂਲ ਮੁਤਾਬਿਕ ਹੈ ਪੁੱਤਰਾ ਕੋ ਪਿਆ ਦੇ ਸਨ ਮਾਵਾਂ ਅਗਦਾ ਖੜਿਆ ਹੈ ਜ਼ਰੂਰ ਚੱਕਰ ਬੀਬੀਆ ਦੇ ਤੇ ਦੇਖਣ ਦਾ ਵੇਲਾ ਮੈਂ ਤੂੰ ਯਾਦ ਨਿਕਲ ਨਵੇ ਸਿਮ ਭੋਲੀ ਹਰ ਮਾਂ ਦੀ ਝੋਲੀ ਹਾਇ ਅਸਰਾਰ ਆਬਾਦ ਅਲੀ ਅਸਰਾਰ ਸੁਣ ਕੀਤੀ ਆਈ ਮਾਂ ਦੀ ਝੋਲੀ ਜਲਗੀਰ ਦੁਲਾ ਤਲਾ ਸਾਮਣੇ ਦੀ ਪੈਣਾ ਸਰ ਏ